ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਜਿਵੇਂ ਕਿ ਆਮ ਆਦਮੀ ਪਾਰਟੀ ਵੱਲੋਂ 8 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਉੱਥੇ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਜਿਹੜੇ ਕਿ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ, ਉਹਦੇ ਨਾਲ ਵੀ ਖਾਸ ਗੱਲਬਾਤ ਕੀਤੀ ਗਈ ਹੈ, ਉਹ ਗੱਲਬਾਤ ਸੁਣਾਉਂਦੇ ਹਾਂ। ਤਰੀਕਾਂ ਦਾ ਐਲਾਨ ਹੋਇਆ ਤਾਂ ਪੰਜਾਬ 7ਵੇਂ ਗੇੜ ਦੇ ਵਿੱਚ 1 ਤਰੀਕ ਨੂੰ 1 ਜੂਨ ਨੂੰ ਪੰਜਾਬ ਦੇ ਵਿੱਚ ਇਲੈਕਸ਼ਨ ਹੋਣਗੇ। ਫਰੀਦਕੋਟ 'ਚ ਕਿਸ ਤਰੀਕੇ ਦੀ ਤਿਆਰੀ ਆ, ਔਰ ਆਮ ਆਦਮੀ ਪਾਰਟੀ ਨੇ ਜਦੋਂ ਪਹਿਲਾਂ ਪੱਤੇ ਖੋਲ ਦਿੱਤੇ ਤਾਂ ਕੈਂਡੀਡੇਟ ਇਸ ਬਾਰੇ ਕੀ ਸੋਚਦੇ ਨੇ, 2.5 ਮਹੀਨੇ ਦਾ ਕਰੀਬ ਸਮਾਂ। ਕਰਮਜੀਤ ਅਨਮੋਲ ਹੋਰਾਂ ਨਾਲ ਗੱਲਬਾਤ ਕਰਦੇ ਹਾਂ। ਕਰਮ ਜੀ, ਕੀ ਲੱਗਦਾ ਤੁਹਾਨੂੰ ਸਿਆਸਤ 'ਚ ਨਵੀਂ ਤੁਹਾਡੀ ਐਂਟਰੀ ਹੋਈ, 2.5 ਮਹੀਨੇ ਦਾ ਇਹ ਗੈਪ? ਅਮੂਮਨ ਕਹਿੰਦੇ ਆਰਥਿਕ ਪੱਖੋਂ ਜਿਹੜੇ ਕੈਂਡੀਡੇਟ ਹੁੰਦੇ ਆ ਉਹਨਾਂ ਦੇ ਤੋਤੇ ਉਡਾ ਦਿੰਦੇ ਆ, ਖਰਚਾ ਇੰਨਾ ਜ਼ਿਆਦਾ ਹੋ ਜਾਂਦਾ, ਮੈਨੂੰ ਲੱਗਦਾ। ਲੇਕਿਨ ਟੈਕਨੀਕਲੀ ਤੌਰ 'ਤੇ ਦੇਖਿਆ ਜਾਵੇ ਤੁਹਾਡੇ ਲਈ ਫਾਇਦਾ ਹੋਏਗਾ? ਬਿਲਕੁਲ ਜੀ, ਕਿਉਂਕਿ ਇਕੱਲੇ ਵੋਟਰ ਤੱਕ ਪਹੁੰਚਿਆ ਜਾਊਗਾ, ਇਕੱਲੇ ਸਗਾ ਵਧੀਆ ਸਮਾਂ ਮਿਲ ਗਿਆ, ਹਰ ਕਿਤੇ ਨਾਲ ਇੰਟਰੈਕਸ਼ਨ ਹੋਊਗੀ, ਉਹਨਾਂ ਦੇ ਬਾਰੇ ਪਤਾ ਲੱਗੂਗਾ, ਜਿਹੜੇ ਵੀ ਆਪ ਪਾਰਟੀ ਦੇ ਲਈ ਵਲੰਟੀਅਰਸ ਨੇ ਉਹਨਾਂ ਨਾਲ ਇੰਟਰੈਕਸ਼ਨ ਹੋਊਗੀ, ਤਾਂ ਮੈਨੂੰ ਲੱਗਦਾ ਚੰਗੇ ਲਾਭ ਲਈਏ ਹੋਇਆ ਜੀ। ਦੂਸਰਾ ਵੀ ਕਹਿੰਦੇ ਤੁਸੀਂ ਸਟ੍ਰੈਟਜੀ ਬਣਾ ਲਈ, ਕੱਲ ਸ਼ੁਰੂਆਤ ਜਿਹੜੀ ਹੈ ਬਾਬਾ ਫਰੀਦ ਤੇ ਮੱਥਾ ਟੇਕ ਕੇ ਉੱਥੋਂ ਕੈਂਪੇਨ ਦੀ ਸ਼ੁਰੂਆਤ ਕਰੀ? ਬਿਲਕੁਲ ਜੀ, ਕੱਲ ਸਿਰਫ ਬਾਬਾ ਜੀ ਦੇ ਮੱਥਾ ਹੀ ਟੇਕਣ ਦਾ ਪ੍ਰੋਗਰਾਮ ਹੈ ਜੀ, ਤੇ ਉਸ ਤੋਂ ਬਾਅਦ ਫਿਰ ਸ਼ੁਰੂ ਕਰਾਂਗੇ ਜੀ ਅਗਲੇ ਪ੍ਰੋਗਰਾਮ। ਹਾਂਜੀ। ਦੂਸਰਾ ਵੀ, ਕੀ ਤੁਹਾਡੇ ਲਈ ਕਿੰਨਾ ਮੁਸ਼ਕਲ ਹੈ, ਕਿੰਨਾ ਵੱਡਾ ਚੈਲੰਜ ਹੈ ਜਦੋਂ ਤੁਸੀਂ, ਕਿਉਂਕਿ ਇੰਡਸਟਰੀ 'ਚ ਦੇਖਿਆ ਜਾਵੇ ਤਾਂ ਤੁਹਾਨੂੰ ਕੋਈ ਜਦੋਂ ਪਹਿਲਾ ਟੇਕ ਲੈਣਾ ਕੋਈ ਔਖਾ ਕੰਮ ਨਹੀਂ ਹੁੰਦਾ, ਲੇਕਿਨ ਕੱਲ ਪਹਿਲਾ ਟੇਕ ਤੁਹਾਡਾ ਸਿਆਸਤ ਦੇ ਵਿੱਚ ਰਹੇਗਾ, ਤੇ ਤੁਹਾਡੇ ਲਈ ਕਿੰਨਾ ਚੈਲੰਜ? ਦੇਖੋ ਜੀ, ਜਦੋਂ ਮੇਰਾ ਗਾਇਕੀ 'ਚ ਪਹਿਲਾ ਟੇਕ ਸੀ ਉਹ ਵੀ ਸਫਲ ਰਿਹਾ, ਫਿਰ ਐਕਟਿੰਗ 'ਚ ਆਇਆ ਉਹ ਵੀ ਸਫਲ ਰਿਹਾ, ਪਰਮਾਤਮਾ ਅੱਗੇ ਅਰਦਾਸ ਕਰਦਾ ਤੇ ਮੈਨੂੰ ਵਾਹਿਗੁਰੂ ਤੇ ਭਰੋਸਾ ਵੀ ਇਹ ਵੀ ਠੀਕ ਹੀ ਰਹੂਗਾ ਜੀ। ਦੂਸਰਾ ਵੀ, ਕਿਉਂਕਿ ਇਸ ਟਿਕਟ ਦਵਾਉਣ ਦੇ ਪਿੱਛੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਹੁਤ ਵੱਡਾ ਰੋਲ ਰਿਹਾ। ਜੀ ਜੀ। ਇੱਕ ਤੁਸੀਂ ਗੀਤ ਵੀ ਗਾਇਆ ਸੀ, ਯਾਰਾ ਵੇ ਯਾਰਾ। ਜੀ ਜੀ। ਉਹ 2 ਲਾਈਨਾਂ ਅਗਰ ਤੁਸੀਂ ਗੁਣਗੁਣਾ ਸਕੋ। ਓ ਸੋਹਣਿਆ ਸੱਜਣਾ ਸਾਹਮਣੇ ਆ ਕੇ ਬੈਠਾ ਰਹਿ, ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਬੈਠਾ ਰਹਿ, ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਬੈਠਾ ਰਹਿ, ਯਾਰਾ ਵੇ ਯਾਰਾ ਵੇ ਯਾਰਾ ਵੇ ਯਾਰਾ ਵੇ ਯਾਰਾ ਯਾਰਾ ਵੇ ਯਾਰਾ। ਤੁਸੀਂ ਯਾਰੀ ਦੀ ਗੱਲ ਕਰ ਰਹੇ ਹੋ, ਲੇਕਿਨ ਇਸ ਸਿਆਸਤ ਦੇ ਵਿੱਚ ਯਾਰੀ ਨਾਲੋਂ ਜ਼ਿਆਦਾ ਦੁਸ਼ਮਣ ਮਿਲਦੇ ਆ, ਜਿਹੜੇ ਤੁਹਾਡੇ ਕੱਲ ਤੱਕ ਕਰਮਜੀਤ ਅਨਮੋਲ ਬਾਈ ਕਹਿੰਦੇ ਸੀ, ਉਹ ਵੀ ਹੁਣ ਸੋਸ਼ਲ ਮੀਡੀਆ ਤੇ ਕਰਮਜੀਤ ਨੂੰ ਲੈ ਕੇ ਤੰਜ ਕੱਸਦੇ ਹੋਏ ਨਜ਼ਰ ਆਣਗੇ, ਜਾਂ ਤੁਸੀਂ ਸੋਸ਼ਲ ਮੀਡੀਆ ਦੇਖ ਵੀ ਲਈ ਹੋਣੀ ਹੈ ਜਦੋਂ ਸਿਆਸਤ 'ਚ ਐਂਟਰੀ ਹੋਈ? ਜੀ, ਕੋਈ ਗੱਲ ਨਹੀਂ ਜੀ, ਕਿਉਂਕਿ ਜਿਹੜੇ ਵਿਰੋਧੀ ਹੁੰਦੇ ਨੇ ਉਹਨਾਂ ਨੇ ਤਾਂ ਕਰਨਾ ਹੀ ਹੁੰਦਾ, ਬਾਕੀ ਗੱਲ ਇਹ ਹੈ ਕਿ ਕੋਈ ਗੱਲ ਨਹੀਂ, ਉਹ ਵੀ ਆਪਣੇ ਮਤਲਬ ਕਦੇ ਨਾ ਕਦੇ ਉਹ ਵੀ ਆਪਣੇ ਹੀ ਬਣਨਗੇ, ਕੋਈ ਚੱਕਰ ਨਹੀਂ, ਜਿਹੜਾ ਵੀ ਕਹਿੰਦਾ ਕੋਈ ਨਹੀਂ, ਡਟ ਕੇ ਮੁਕਾਬਲਾ ਕਰਾਂਗੇ ਔਰ ਅਸੀਂ ਪਿਆਰ ਨਾਲ ਜਿੱਤਣਾ ਸਾਰਾ ਸਭ। ਤੁਹਾਡੀ ਸਟ੍ਰੈਟਜੀ ਕੀ ਰਹੇਗੀ, ਕਿਉਂਕਿ ਜਦੋਂ ਇੱਕ ਫਿਲਮ ਬਣਾਉਣੀ ਹੁੰਦੀ ਹੈ ਉਹ ਪਤਾ ਹੁੰਦਾ ਹੈ ਕਿ ਇਹ ਕੋਮੇਡੀ ਫਿਲਮ ਹੈ, ਇਹ ਸੀਰੀਅਸ ਹੈ, ਤੁਹਾਡੀ ਸਟ੍ਰੈਟਜੀ ਕਿਸ ਤਰੀਕੇ ਦੀ ਰਹਿਣ ਵਾਲੀ ਹੈ, ਖਾਸ ਤੌਰ 'ਤੇ ਜਦੋਂ ਤੁਸੀਂ ਲੋਕਾਂ ਨਾਲ ਇੰਟਰੈਕਸ਼ਨ ਕਰਨੀ ਹੈ? ਕਿਉਂਕਿ ਭਗਵੰਤ ਮਾਨ ਦੀ ਗੱਲ ਕੀਤੀ ਜਾਵੇ, ਉਹ ਤਾਂ ਸ਼ਬਦਾਂ ਦੇ ਵਿੱਚ ਹਰ ਕਿਸੇ ਨੂੰ ਆਪਣਾ ਦੀਵਾਨਾ ਆਪਣਾ ਮੁਰੀਦ ਬਣਾ ਲੈਂਦੇ, ਤੁਹਾਡੇ ਸ਼ਬਦ ਤੁਹਾਡੇ ਇੱਕ ਕੋਮੇਡੀ ਦੇ ਹਿਸਾਬ ਦੇ ਨਾਲ ਹੋਣਗੇ, ਸੀਰੀਅਸ ਤਰੀਕੇ ਦੇ ਨਾਲ ਹੋਣਗੇ, ਕਿਵੇਂ ਹੋਣਗੇ? ਦੇਖੋ ਜੀ, ਪਿਆਰ ਮੁਹੱਬਤ ਦੇ ਹਿਸਾਬ ਨਾਲ ਹੀ ਹੋਣਗੇ, ਕੋਈ ਕਾਮੇਡੀ ਨਹੀਂ, ਸੋ ਲੋਕਾਂ ਦੇ ਨਾਲ ਪਿਆਰ ਬਣਾਉਣਾ, ਉਹ ਮੈਨੂੰ ਜਾਣਨਗੇ, ਮੈਂ ਲੋਕਾਂ ਨੂੰ ਜਾਣੂੰਗਾ, ਅਤੇ ਇੱਦਾਂ ਹੀ ਪ੍ਰੋਗਰਾਮ ਚੱਲੂਗਾ। ਕਿਉਂਕਿ ਪਿਛਲੀ ਵਾਰ ਮੁਹੰਮਦ ਸਦੀਕ ਸੀ ਮੈਦਾਨ ਦੇ ਵਿੱਚ, ਅਜੇ ਕਾਂਗਰਸ ਨੇ ਪੱਤੇ ਨਹੀਂ ਖੋਲ੍ਹੇ, ਮੁਹੰਮਦ ਸਦੀਕ ਆ ਜਾਂਦੇ ਆ ਜਿਹੜੇ ਤੁਹਾਡੇ ਇੰਡਸਟਰੀ 'ਚ ਉਸਤਾਦ ਵੀ ਨੇ, ਤਾਂ ਫਿਰ ਕਿਸ ਤਰੀਕੇ ਦੀ ਫਾਈਟ ਜਿਹੜੀ ਉਹ ਰਹਿਣ ਵਾਲੀ ਹੈ, ਜਾਂ ਫਿਰ ਕੋਈ ਹੋਰ ਆਉਂਦਾ ਉਹ ਕਿਸ ਤਰੀਕੇ ਦੀ? ਦੇਖੋ ਜੀ, ਸਦੀਕ ਸਾਹਿਬ ਦੀ ਬਹੁਤ ਰਿਸਪੈਕਟ ਕਰਦਾ ਮੈਂ, ਉਹ ਤਾਂ ਹਮੇਸ਼ਾ ਕਰੂੰਗਾ ਹੀ, ਬਾਕੀ ਇਹ ਵੀ ਉਹ ਲੜਦੇ ਨੇ ਤਾਂ ਉਹਨਾਂ ਦੀ ਵਿਚਾਰਧਾਰਾ ਅਲੱਗ ਹੈ, ਪਾਰਟੀ ਦੀ ਸਾਡੀ ਅਲੱਗ ਹੈ, ਅਤੇ ਬਾਕੀ ਰਿਸਪੈਕਟ ਬਣਾ ਕੇ ਚੱਲਾਂਗੇ ਜੀ, ਕੋਈ ਮਤਲਬ ਇੱਦਾਂ ਦੀ ਨਹੀਂ ਕੋਈ ਗੱਲ। ਕਿਉਂਕਿ ਤੁਹਾਡੇ ਵਿਰੋਧੀ ਜਾਂ ਫਿਰ ਸੋਸ਼ਲ ਮੀਡੀਆ 'ਤੇ ਜਿਹੜੇ ਤੁਹਾਡੀ ਖਿਲਾਫਤ ਕਰਦੇ ਆ,
ਉਹ ਕਹਿੰਦੇ ਕਿ ਕਲਾਕਾਰ ਪਹਿਲਾਂ ਅਸੀਂ ਸੰਨੀ ਦਿਓਲ ਚੈੱਕ ਕਰ ਲਿਆ ਸੀ, ਕਿਉਂ ਕਰਮਜੀਤ ਅਨਮੋਲ ਨੂੰ ਚੈੱਕ ਕਰੀਏ ਸੀ, ਕਿਉਂ? ਉਹ ਕਹਿੰਦੇ ਕਿ ਇੱਕ ਭਗਵੰਤ ਮਾਨ ਆ ਗਿਆ, ਠੀਕ ਹੈ, ਮਤਲਬ ਜੋ ਤੁਸੀਂ ਦੇਖੇ ਹੋਣੇ, ਜੋ ਤੁਸੀਂ ਉਹ ਕਹਿ ਰਹੇ ਨੇ। ਕਿਸੇ ਨੂੰ ਇੱਕ ਬੰਦਾ ਕਹਿੰਦਾ ਵੀ ਅੱਧਾ ਗਲਾਸ ਖਾਲੀ ਹੈ, ਇੱਕ ਬੰਦਾ ਕਹਿੰਦਾ ਅੱਧਾ ਗਲਾਸ ਭਰਿਆ। ਤੁਸੀਂ ਅੱਧਾ ਗਲਾਸ ਭਰਿਆ ਕਿਉਂ ਨਹੀਂ ਦੇਖਦੇ ਹੋ ਲੋਕ? ਤੁਸੀਂ ਭਗਵੰਤ ਮਾਨ ਨੂੰ ਦੇਖੋ, ਉਹ ਬੰਦੇ ਨੇ ਪੰਜਾਬ ਦੇ ਲਈ ਕੀ ਕੀਤਾ ਔਰ ਲੋਕਾਂ 'ਚ ਵਿਚਰਦੇ ਨੇ, ਉਹ ਇਸ ਐਡੀ ਵੱਡੀ ਪਦਵੀ 'ਤੇ ਬੈਠੇ ਆ, ਤਾਂ ਹੀ ਪੰਜਾਬ ਨੇ ਇੰਨਾ ਵਧੀਆ ਉਹਨਾਂ ਨੂੰ ਫਤਵਾ ਦਿੱਤਾ। ਅਤੇ ਉਸੇ ਤਰ੍ਹਾਂ ਆਪਾਂ ਕਰਾਂਗੇ ਜੀ ਕੰਮ, ਕਿਉਂਕਿ ਤੁਸੀਂ ਸਟਾਰ ਵੀ ਹੋ। ਤੁਹਾਨੂੰ ਲੱਗਦਾ ਕਿ ਭਗਵੰਤ ਮਾਨ ਦੇ ਨਾਲ ਬਾਕੀ ਸੀਟਾਂ 'ਤੇ ਵੀ ਤੁਸੀਂ ਪ੍ਰਚਾਰ ਕਰੋਗੇ, ਕਿਉਂਕਿ ਤੁਹਾਡੇ ਨਾਲ ਲੱਗਦੀ ਫਿਰੋਜ਼ਪੁਰ ਸੀਟ ਹੈ, ਨਾਲ ਲੱਗਦੀ ਬਠਿੰਡਾ ਸੀਟ ਹੈ। ਬਠਿੰਡਾ ਤਾਂ ਕਹਿੰਦੇ ਕਿ ਬਾਦਲਾਂ ਦਾ ਗੜ੍ਹ ਹੈ, ਬਾਦਲਾਂ ਦੇ ਗੜ੍ਹ 'ਚ ਜਾ ਕੇ ਤੁਹਾਨੂੰ ਕਿਹਾ ਜਾਂਦਾ ਕਿ ਇੱਥੇ ਸਪੀਚ ਦੇਣੀ ਹੈ ਜਾਂ ਕਿਵੇਂ ਕਰਨੀ ਹੈ? ਮੈਂ ਤਾਂ ਪਹਿਲਾਂ ਵੀ ਗਿਆ ਜੀ, ਜਦੋਂ ਜਲਾਲਾਬਾਦ ਤੋਂ ਖੜ੍ਹੇ ਸੀ ਮਾਨ ਸਾਹਿਬ, ਉਦੋਂ ਵੀ ਉਦੋਂ 25-30 ਪਿੰਡਾਂ 'ਚ ਮੈਂ ਕੰਪੇਨਿੰਗ ਕੀਤੀ ਹੈ ਜੀ। ਅਤੇ ਦੂਜੀ ਗੱਲ ਇਹ ਹੈ ਵੀ ਜਿੱਥੋਂ ਵੀ ਪਾਰਟੀ ਹੁਕਮ ਕਰੂਗੀ, ਮਾਨ ਸਾਹਿਬ ਹੁਕਮ ਕਰਨਗੇ, ਜਾਵਾਂਗੇ। ਕਹਿੰਦੇ ਕਿ ਤੁਹਾਡੀ ਇਸ ਕੈਂਪੇਨ ਦੇ ਵਿੱਚ ਤੁਸੀਂ ਗਿੱਪੀ ਨੂੰ ਫੋਨ ਕਰ ਦਿੱਤਾ ਹੈ, ਗਿੱਪੀ ਗਰੇਵਾਲ ਨੂੰ, ਤੁਸੀਂ ਹੋਰ ਜਿਹੜੇ ਤੁਹਾਡੇ ਫਿਲਮ ਇੰਡਸਟਰੀ ਦੇ ਦੋਸਤ ਨੇ ਜਾਂ ਉਹਨਾਂ ਨੇ ਤੁਹਾਨੂੰ ਕਹਿ ਦਿੱਤਾ ਹੈ ਕਿ? ਫੋਨ ਨਹੀਂ ਕੀਤਾ ਜੀ, ਮੈਨੂੰ ਫੋਨ ਆਏ ਨੇ ਸਾਰੇ ਭਰਾਵਾਂ ਦੇ, ਚਾਹੇ ਉਹ ਆਪਣਾ ਗੁਰਨਾਮ ਭੁੱਲਰ ਹੈ, ਚਾਹੇ ਰਾਜਵੀਰ ਜਵੰਦਾ ਹੈ, ਗੁਰਵਿੰਦਰ ਬਰਾੜ ਹੈ, ਹੋਰ ਕਿੰਨੇ ਹੀ ਸਾਰੇ ਕਲਾਕਾਰ, ਬਿੰਨੂ ਢਿੱਲੋਂ ਹੈ, ਦੇਵ ਖਰੌੜ ਹੈ, ਸਾਰੇ ਕਲਾਕਾਰਾਂ ਦੇ ਤਕਰੀਬਨ, ਮਲਕੀਤ ਰਾਉਣੀ ਤਾਂ ਉਹ ਤਾਂ ਮੇਰੇ ਨਾਲ ਹੀ ਰਹਿਣਗੇ, ਸਾਰੇ ਕਲਾਕਾਰ ਪੂਰੀ ਇੰਡਸਟਰੀ ਦਾ ਤਕਰੀਬਨ ਫੋਨ ਆ ਚੁੱਕਿਆ ਮੈਨੂੰ ਸਾਰੇ ਸਹਿਯੋਗ ਦੇਣ ਲਈ। ਇੱਕ ਤੁਹਾਡੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਹੋ ਰਹੀ ਹੈ, ਕਿਸੇ ਫਿਲਮ ਦਾ ਸ਼ਾਇਦ ਉਹ ਪਾਰਟ ਹੈ ਜਿਹਦੇ ਵਿੱਚ ਤੁਸੀਂ ਇੱਕ ਫਿਲਮ ਦੇ ਜਿਹੜੇ ਕਲਾਕਾਰ ਨੇ ਉਹਨਾਂ ਨਾਲ ਗੱਲ ਕਰਦੇ ਹੋ, ਮੈਂ ਕਿਹੜਾ ਭਗਵੰਤ ਮਾਨ ਆ ਜਿਹੜਾ ਕੇਜਰੀਵਾਲ ਮੈਨੂੰ ਟਿਕਟ ਦਊਗਾ, ਉਹ ਬੜੀ ਵਾਇਰਲ ਹੋ ਰਹੀ ਹੈ। ਉਹ ਤਾਂ ਸਹਿ ਸੁਭਾਅ ਹੈ ਜਦੋਂ, ਕਿਉਂਕਿ ਫਿਲਮਾਂ ਦੇ ਵਿੱਚ ਜਦੋਂ ਕੰਮ ਕਰਦੇ ਹੁੰਦੇ ਤਾਂ ਕੋਈ ਸਿਚੁਏਸ਼ਨ ਇਹੋ ਜਿਹੀ ਆ ਜਾਂਦੀ ਹੈ, ਅਤੇ ਉਹ ਸਿਚੁਏਸ਼ਨ ਇਹੋ ਜਿਹੀ ਸੀਗੀ ਵੀ ਉਹ ਜਿਵੇਂ ਅੱਜ ਕੱਲ੍ਹ ਮੁੰਡੇ ਕੁੜੀਆਂ ਜਾਂਦੇ ਨੇ ਬਾਹਰ, ਕਈ ਫੇਕ ਵਿਆਹ ਕਰਾ ਕੇ ਵੀ ਗਏ ਨੇ, ਹੈ ਨਾ, ਅਤੇ ਉਦੋਂ ਕਹਿੰਦੀ ਵੀ ਖਬਰਦਾਰ ਜੇ ਤੂੰ ਕੋਈ ਗਲਤ ਹਰਕਤ ਕੀਤੀ। ਮੈਂ ਨਾ ਜੀ, ਮੇਰੀ ਤਾਂ ਇੰਨੀ ਬਹੁਤ ਵਧੀਆ ਛਵੀ ਹੈ, ਮੈਨੂੰ ਤਾਂ ਕੇਜਰੀਵਾਲ ਸਾਹਿਬ ਟਿਕਟ ਦੇਣ ਨੂੰ ਫਿਰਦੇ ਸੀ, ਅਤੇ ਉਹ ਮਤਲਬ ਸਹਿ ਸੁਭਾਅ ਕੀਤੀ ਹੋਈ ਗੱਲ ਸੀ। ਕਈ ਵਾਰੀ ਸਰਵਸਤੀ ਮਾਂ ਜ਼ੁਬਾਨ ਤੇ ਬੈਠੀ ਹੁੰਦੀ ਉਹ, ਅੱਜ ਉਹ ਸੋਸ਼ਲ ਮੀਡੀਆ ਤੇ ਇਸ ਨੂੰ ਵੱਖੋ ਵੱਖ ਤਰੀਕੇ ਦੇ ਨਾਲ ਦੇਖਿਆ ਜਾ ਰਿਹਾ, ਤੁਸੀਂ ਦੇਖੇ ਹੋਣੇ, ਕਮੈਂਟ ਵੀ ਦੇਖੇ। ਮੈਂ ਨਹੀਂ ਦੇਖੇ ਜੀ, ਮੈਂ ਇੰਨਾ ਟਾਈਮ ਹੀ ਨਹੀਂ ਹੈਗਾ ਜੀ, ਫੋਨ ਕਾਲਾਂ ਹੀ ਸੁਣੀਆਂ ਜਾਣਾ ਇੰਨਾ ਹੀ ਬਹੁਤ ਹੈ ਜੀ। ਹੁਣ ਤੁਹਾਡੇ ਲਈ ਇਹ ਨਵੀਂ ਜ਼ਿੰਮੇਵਾਰੀ ਹੈ ਜੀ, ਜਦੋਂ ਤੁਸੀਂ ਪਹਿਲੇ ਦਿਨ ਥੀਏਟਰ 'ਚ ਐਂਟਰੀ ਕੀਤੀ ਉਦੋਂ ਲੱਤਾਂ ਕੰਬਦੀਆਂ ਹੋਣੀਆਂ, ਹੱਥ ਕੰਬਦੇ ਹੋਣੇ ਆ, ਜੀਭ ਫੜਫੜਾਉਂਦੀ ਹੁੰਦੀ ਹੈ, ਤੇ ਅੱਜ ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਐਗਜ਼ਾਮ ਜਿਹੜਾ 1 ਜੂਨ ਨੂੰ ਹੈ, ਹੁਣ ਤੁਹਾਡੇ ਕੋਲ 2.5 ਮਹੀਨੇ ਹੈ ਪੜ੍ਹਾਈ ਕਰਨ ਦੇ, ਜਾਂ ਫਿਰ ਇਹ ਕਹੀਏ ਰੱਟੇ ਲਾਉਣ ਦੇ, ਜਿਵੇਂ ਹੁੰਦਾ ਨਾ ਕਿ ਇੱਕ ਰੱਟਾ ਲਾਉਣਾ ਹੈ ਜਾਂ ਤਿਆਰੀ ਕਰਨੀ ਹੈ, ਉਹ ਕਿਸ ਤਰੀਕੇ ਦੀ ਰਹੀ? ਨਹੀਂ ਜੀ, ਨਾ ਪਹਿਲਾਂ ਥੀਏਟਰ ਵੇਲੇ ਲੱਤਾਂ ਕੰਬੀਆਂ ਨੇ, ਨਾ ਹੁਣ ਕੰਬੀਆਂ ਨੇ। ਕਹਿੰਦੇ ਪਹਿਲੀ ਵਾਰ ਜਦੋਂ ਮਾਈਕ ਹੱਚ ਹੁੰਦਾ ਨਾ, ਜਦੋਂ ਸਾਡੇ ਵੀ ਪਹਿਲੀ ਵਾਰ ਮਾਈਕ ਹੱਚ ਸੀ, ਉਦੋਂ ਪਹਿਲੀ ਵਾਰ ਦਾ ਤੇ ਮਾਨ ਸਾਹਿਬ ਵੀ ਕਹਿੰਦੇ ਆ ਕਿ ਜਿਹੜੀ ਬੜੀ ਝਿਜਕ ਜਾਂ ਡਰ ਜਾਂ ਇੱਕ ਬੰਦਾ ਕਿਤੇ ਨਾ ਕਿਤੇ ਅੰਦਰੋਂ ਹੁੰਦਾ ਹੈ ਕਿ ਕਿਵੇਂ ਹੋਏਗਾ, ਲੋਕਾਂ ਦਾ ਕੀ ਰਿਸਪੌਂਸ ਹੋਏਗਾ? ਨਹੀਂ ਪਤਾ ਨਹੀਂ ਕੀ ਗੱਲ ਹੈ, ਪਰਮਾਤਮਾ ਦੀ ਇੰਨੀ ਕਿਰਪਾ ਰਹੀ ਹੈ ਵੀ ਮੈਂ ਪਹਿਲੇ, ਮੈਂ ਤੀਸਰੀ ਕਲਾਸ 'ਚ ਸੀ ਜਦੋਂ ਮੈਂ ਬਹੁਤ ਵੱਡਾ ਪ੍ਰੋਗਰਾਮ ਆਪਣੇ ਪਿੰਡ ਕੀਤਾ ਸੀ, ਅਤੇ ਉਦੋਂ ਮੇਰਾ ਮਤਲਬ ਵੀ ਮਾਈਕ ਤੱਕ ਮੂੰਹ ਨਹੀਂ ਆਉਂਦਾ ਸੀਗਾ, ਸਟੇਜ ਦੇ ਉੱਤੇ ਮੇਜ਼ ਪਿਆ ਸੀ, ਮੇਜ਼ ਦੇ ਉੱਤੇ ਕੁਰਸੀ, ਅਤੇ ਕੁਰਸੀ ਦੇ ਉੱਤੇ ਮੈਂ ਖੜਿਆ ਸੀ ਤਾਂ ਮਾਈਕ ਦੇ ਬਰਾਬਰ ਆਇਆ ਸੀ, ਉਦੋਂ ਵੀ ਨਹੀਂ ਕੰਬੀਆਂ ਲੱਤਾਂ, ਹੁਣ ਤੱਕ ਹੀ ਕੰਬਣੀਆਂ ਨੇ। ਜਦੋਂ ਭਗਵੰਤ ਮਾਨ ਨਾਲ ਸ਼ਾਇਦ ਤੁਹਾਡਾ ਪਹਿਲਾ ਸ਼ੋਅ ਸੀ ਜਾਂ ਪਹਿਲਾਂ ਤੋਂ ਤੁਸੀਂ, ਪਹਿਲੀ ਵਾਰ ਕਿੰਨੀ ਤੁਹਾਡੀ ਤਨਖਾਹ ਜਾਂ ਪਹਿਲੀ ਵਾਰ ਕਿੰਨੇ ਪੈਸੇ ਸ਼ੋਅ ਦੇ ਮਿਲੇ ਸੀਗੇ? ਪਹਿਲੀ ਵਾਰ ਜਦੋਂ ਸ਼ੋਅ ਦੀ ਗੱਲ ਕਰਦੇ ਹੋ, ਮੇਰਾ ਖਿਆਲ ਹੈ ਵੀ ਪਹਿਲੀ ਵਾਰ 2200 ਰੁਪਇਆ ਸਾਨੂੰ ਲਹਿਰੇ ਕਾਕੇ ਤੋਂ ਮਿਲਿਆ ਸੀ, ਮੈਂ ਅਤੇ ਮਾਨ ਸਾਹਿਬ ਇਕੱਠਿਆਂ ਨੇ ਪ੍ਰੋਗਰਾਮ ਕੀਤਾ ਸੀ ਲਹਿਰੇ ਕਾਕੇ ਉਹਦੇ 'ਚ। ਉਸ ਤੋਂ ਬਾਅਦ ਫਿਲਮਾਂ ਕੀਤੀਆਂ, ਫਿਲਮਾਂ 'ਚ ਪਹਿਲੀ ਵਾਰ ਕਿੰਨੇ ਪੈਸੇ ਮਿਲੇ? ਫਿਲਮਾਂ 'ਚ ਮੇਰਾ ਖਿਆਲ ਹੈ 35,000 ਜਾਂ 50,000 ਮਿਲਿਆ ਸੀ। 2200 ਤੋਂ 35,000, 35,000 ਤੋਂ ਬਾਅਦ ਕਰਮਜੀਤ ਅਨਮੋਲ ਦਾ ਇੰਡਸਟਰੀ 'ਚ, ਕਹਿੰਦੇ ਕਿ ਉਸ ਤੋਂ ਬਿਨਾਂ ਕੋਈ ਫਿਲਮ ਅਧੂਰੀ ਜਿਹੜੀ ਉਹ ਪਾਈ ਜਾਂਦੀ ਹੈ, ਲੇਕਿਨ ਸਿਆਸਤ 'ਚ ਹੁਣ ਤੁਹਾਨੂੰ ਕੀ ਲੱਗਦਾ ਕਿ ਲੱਗਦਾ ਕਰਮਜੀਤ ਅਨਮੋਲ ਤੋਂ ਬਿਨਾਂ ਵੀ
ਸਿਆਸਤ ਪੂਰੀ ਹੁੰਦੀ ਹੈ ਜਾਂ ਫਿਰ ਕਰਮਜੀਤ ਅਨਮੋਲ ਕਿਵੇਂ ਦੇ? ਦੇਖੋ ਜੀ, ਮਿਹਨਤ ਕਰਾਂਗੇ ਔਰ ਲੋਕਾਂ ਦੀ ਕਸਵੱਟੀ 'ਤੇ ਖਰੇ ਉਤਰਨ ਦੀ ਕੋਸ਼ਿਸ਼ ਕਰਾਂਗੇ। ਵਾਹਿਗੁਰੂ ਮਿਹਰ ਕਰੂਗਾ, ਪੂਰੀ ਉਮੀਦਾਂ ਨੇ, ਆਸਾਂ ਨੇ। ਸੋ ਮੈਨੂੰ ਲੱਗਦਾ ਵੀ ਜੇ ਅਸੀਂ ਜੇ ਤਨਦੇਹੀ ਨਾਲ ਕੰਮ ਕਰਾਂਗੇ, ਪੂਰੀ ਦਿਨ ਰਾਤ ਇੱਕ ਕਰਾਂਗੇ, ਮਿਹਨਤ ਕਰਾਂਗੇ, ਤੇ ਰੱਬ ਆਪੇ ਭਾਗ ਲਾਊਗਾ। ਫਰੀਦਕੋਟ ਵਾਲੇ ਤੁਹਾਨੂੰ ਸੁਣ ਵੀ ਰਹੇ ਹੋਣੇ ਆ, ਜੇਕਰ ਫਰੀਦਕੋਟ ਤੁਹਾਨੂੰ ਮੌਕਾ ਦਿੰਦਾ, ਉੱਥੋਂ ਦੇ ਲੋਕੀ ਤੁਹਾਡੇ ਹੱਕ 'ਚ ਫਤਵਾ ਜਾਰੀ ਕਰਦੇ ਆ, ਫਰੀਦਕੋਟ ਲਈ ਤਿੰਨ ਕੰਮ ਪਾਰਲੀਮੈਂਟ 'ਚ ਕਿਹੜੇ ਤੁਸੀਂ ਕਰੋਗੇ? ਦੇਖੋ ਜੀ, ਇੱਕ ਤਾਂ ਉੱਧਰ ਬੜਾ ਪਾਣੀ ਵੀ ਖਰਾਬ ਹੈ ਧਰਤੀ ਹੇਠਲਾ, ਅਤੇ ਦੂਜਾ ਜਿੱਦਾਂ ਉੱਧਰ ਮੇਰਾ ਖਿਆਲ ਕੈਂਸਰ ਦਾ ਵੀ ਮਤਲਬ ਮਾਲਵਾ ਬੈਲਟ ਦੇ ਤਕਰੀਬਨ, ਉਹਦੇ ਲਈ ਵੀ ਕੁਛ ਨਾ ਕੁਛ ਕੋਈ ਪੋਲਿਸੀ ਜਾਂ ਕੋਈ ਰਿਸਰਚ ਸੈਂਟਰ ਵਗੈਰਾ ਦੇ ਕਿਸੇ ਵੀ ਤਰ੍ਹਾਂ ਦਾ ਇੱਦਾਂ ਦਾ ਆਪਣਾ। ਹੁਣ ਮੈਨੇਜ ਕਿਵੇਂ ਕਰੋਗੇ? 2.5 ਮਹੀਨੇ ਤੁਹਾਨੂੰ ਸਿਆਸਤ ਚਲਾਉਣੇ ਪੈਣੇ, 2.5 ਮਹੀਨੇ 'ਚ ਤੁਹਾਡੇ ਪ੍ਰੋਜੈਕਟ ਵੀ ਬਹੁਤ ਸਾਰੇ ਪੈਂਡਿੰਗ ਪਏ ਹੋਣੇ ਆ, ਜਿਹੜੇ ਪ੍ਰੋਡਿਊਸਰਾਂ ਨਾਲ ਕਮਿਟਮੈਂਟ ਹੋਣੀ ਹੈ, ਉਹ ਦੋਵਾਂ 'ਚ ਬੈਲੈਂਸ ਕਿਵੇਂ ਹੋਏਗਾ, ਮੈਨੇਜ ਕਿਵੇਂ ਹੋਏਗਾ? ਦੇਖੋ ਜੀ, ਮੈਂ ਕਦੇ ਵੀ ਇੰਡਸਟਰੀ ਦੇ ਵਿੱਚ ਇੱਦਾਂ ਦਾ ਕਿਸੇ ਨੂੰ ਫਾਹੇ ਨਹੀਂ ਟੰਗਿਆ ਅੱਜ ਤੱਕ। ਕਿਸੇ ਵੀ ਤੁਸੀਂ ਚਾਹੇ ਡਾਇਰੈਕਟਰ ਹੈ, ਚਾਹੇ ਰਾਈਟਰ ਹੈ, ਚਾਹੇ ਪ੍ਰੋਡਿਊਸਰ ਹੈ, ਤੁਸੀਂ ਪੁੱਛ ਸਕਦੇ ਹੋ ਵੀ ਮੈਂ ਕਦੇ ਡੇਟ ਨਾ ਉਹਨਾਂ ਨੂੰ ਦਿੱਤੀ ਹੋਵੇ ਜਾਂ ਮੈਂ ਡੇਟਾਂ ਦੇ ਕੇ ਕੋਈ ਆਪਣੇ ਕੰਮ ਲਈ ਅੱਗੇ ਪਾਤੀਆਂ। ਹੁਣ ਮੈਂ ਫਿਲਮਾਂ ਹੀ ਨਹੀਂ ਫੜੀਆਂ ਜੀ, ਮੈਂ ਸਾਰਿਆਂ ਨੂੰ ਕਹਤਾ ਵੀ ਮੈਂ ਅਜੇ ਤੱਕ ਕੋਈ ਫਿਲਮ ਨਹੀਂ ਕਰੂੰਗਾ, ਉਦੋਂ ਬਾਅਦ 'ਚ ਦੇਖੂੰਗਾ ਜਦੋਂ ਟਾਈਮ ਮਿਲਿਆ। ਚਲੋ, ਬੈਸਟ ਆਫ ਲੱਕ ਕਰਮ। ਥੈਂਕ ਯੂ ਭਾਜੀ। ਤੇ ਕਰਮਜੀਤ ਅਨਮੋਲ ਫਰੀਦਕੋਟ ਤੋਂ ਨੇ, ਸਿਆਸਤ 'ਚ ਐਂਟਰੀ ਨਵੀਂ ਹੈ ਲੇਕਿਨ ਫਿਲਮ ਇੰਡਸਟਰੀ ਦਾ ਅਤੇ ਪੰਜਾਬ ਦੇ ਲੋਕਾਂ ਦਾ ਤਜਰਬਾ ਪੁਰਾਣਾ ਵੈ, ਔਰ ਹੁਣ ਫਰੀਦਕੋਟ ਦੇ ਲੋਕਾਂ ਨੇ ਤੈਅ ਕਰਨਾ ਕੱਲ੍ਹ ਬਾਬਾ ਫਰੀਦ 'ਤੇ ਮੱਥਾ ਟੇਕ ਕੇ ਜਿਹੜੀ ਆਪਣੀ ਕੈਂਪੇਨ ਦੀ ਸ਼ੁਰੂਆਤ ਕਰਨ।